ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਬੀਏ ਫਰਸਟ ਸੈਮੈਸਟਰ ਫਰਸਟ ਦੇ ਲਈ ਪੰਜਾਬੀ ਲਾਜ਼ਮੀ ਦੀ ਜੋ ਆਪਾਂ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਉਸ ਦੇ ਲਈ ਆਪਾਂ ਨਿੱਕੀ ਕਹਾਣੀ ਅੱਜ ਕਰਾਂਗੇ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਇਹ ਨਿੱਕੀ ਕਹਾਣੀ ਦੇ ਦੋ ਕੁਐਸਚਨ ਬਣਦੇ ਨੇ ਤੇ ਦੋਨੋਂ ਹੀ ਇੰਪੋਰਟੈਂਟ ਨੇ ਦੋਨੋਂ ਹੀ ਐਗਜ਼ਾਮ ਦੇ ਵਿੱਚ ਆਏ ਹੋਏ ਨੇ ਇੱਕ ਆਪਣਾ ਕੁਐਸਚਨ ਬਣਦਾ ਕਿ ਨਿੱਕੀ ਕਹਾਣੀ ਕੀ ਹੈ ਇਸ ਦੇ ਸਰੂਪ ਜਿਸ ਨੂੰ ਆਪਾਂ ਪ੍ਰਕਿਰਤੀ ਵੀ ਕਹਿੰਦੇ ਆ ਤੇ ਇਸ ਦੇ ਜਿਹੜਾ ਕਿ ਗੁਣ ਜਾਂ ਲੱਛਣ ਲਿਖਣੇ ਠੀਕ ਹੈ ਇੱਕ ਤਾਂ ਇਹ ਕੁਐਸਚਨ ਬਣਦਾ ਤੇ ਇੱਕ ਇਹ ਕੁਐਸਚਨ ਬਣਦਾ ਕਿ ਨਿੱਕੀ ਕਹਾਣੀ ਦੇ ਸਰੂਪ ਅਤੇ ਤੱਤ ਲਿਖੋ ਠੀਕ ਹੈ ਜਦੋਂ ਕੁਐਸਚਨ ਤੱਤਾਂ ਬਾਰੇ ਆ ਜੇ ਤਾਂ ਤੱਤ ਉਹ ਹੋਣਗੇ ਜਿਵੇਂ ਆਪਾਂ ਜਿਹੜੀ ਕਿ ਲੰਬੀ ਕਹਾਣੀ ਦੇ ਕਰੇ ਨੇ ਕਥਾਨਕ ਗੋਦ ਪਲਾਂਟ ਠੀਕ ਹੈ ਵਾਤਾਵਰਣ ਉਦੇਸ਼ वार्तालाप ਉਹ ਸਾਰੇ ਪਾਤਰ ਜਿਹਦਨ ਉਹ ਸਾਰੇ ਹੋਗੇ ਤੱਤ ਤੇ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਇਹ ਵਾਲਾ ਕੁਐਸਚਨ ਕਰਾਂਗੇ ਕਿ ਇਸ ਦੇ ਪ੍ਰਕਿਰਤੀ ਸਰੂਪ ਮਤਲਬ ਕਿ ਲੱਛਣ ਕਰਾਂਗੇ ਠੀਕ ਹੈ ਜੇ ਤਾਂ ਦੋਨੋਂ ਕੁਐਸਚਨ ਇਸ ਵੀਡੀਓ ਦੇ ਵਿੱਚ ਕਵਰ ਹੋਉਂਦੇ ਤਾਂ ਆਪਾਂ ਦੋਨੋਂ ਕਰਾਂਗੇ ਨਹੀਂ ਆਪਾਂ ਇੱਕ ਕਰਾਂਗੇ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਅਗਰ ਬਣਦੀ ਹੋਈ ਤਾਂ ਆਪਾਂ ਇੱਕੇ ਕੁਐਸਚਨ ਡਿਸਕਸ ਕਰਾਂਗੇ ਇਹਦੇ ਵਿੱਚ ਹੁਣ ਇਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਇਸ ਦੇ ਵਿੱਚ ਆਪਾਂ ਇਹ ਵਾਲਾ ਕੁਐਸਚਨ ਅਨਸਰ ਕਰਾਂਗੇ ਪ੍ਰਕਿਰਤੀ ਸਰੂਪ ਜਾਂ ਇਸ ਦੇ ਗੁਣ ਤੇ ਲੱਛਣ ਇਹ ਦੋਨੋਂ ਕੁਐਸਚਨਾਂ ਦਾ ਆਪਾਂ ਅਨਸਰ ਇਸ ਵੀਡੀਓ ਦੇ ਵਿੱਚ ਕਰਾਂਗੇ ਹਾਂਜੀ ਨਿੱਕੀ ਕਹਾਣੀ ਹੈ ਕਿ ਨਿੱਕੀ ਕਹਾਣੀ ਜਿਵੇਂ ਆਪਣੀ ਲੰਬੀ ਕਹਾਣੀ ਪੜ੍ਹੀ ਸੀ ਕਿ ਲੰਬੀ ਕਹਾਣੀ ਜਿਹੜੀ ਕਿ ਜਿਸ ਦੇ ਵਿੱਚ 10000 ਤੋਂ ਵੱਧ ਸ਼ਬਦ ਹੁੰਦੇ ਨੇ ਹਨ ਤੇ ਨਿੱਕੀ ਕਹਾਣੀ ਉਸ ਤੋਂ ਛੋਟੇ ਸਰੂਪ ਦੀ ਹੁੰਦੀ ਆ ਪੱਛਮੀ ਆਲੋਚਕਾਂ ਮਤਲਬ ਕਿ ਇਹ ਪੱਛਮ ਦੀ ਹੀ ਦੇਣਾ ਪੱਛਮੀ ਆਲੋਚਕਾਂ ਨੇ ਨਿੱਕੀ ਕਹਾਣੀ ਦੇ ਸਰੂਪ ਨੂੰ ਦੱਸਣ ਦੇ ਲਈ ਕੋਸ਼ਿਸ਼ ਕੀਤੀ ਆ ਉਹਨਾਂ ਦੇ ਅਕੋਰਡਿੰਗ ਨਿੱਕੀ ਕਹਾਣੀ ਕੀ ਹੈ ਇੱਕ ਘੋੜ ਦੌੜ ਦੀ ਤਰ੍ਹਾਂ ਹੁੰਦੀ ਆ ਵੀ ਨਿੱਕੀ ਕਹਾਣੀ ਇੱਕ ਘੋੜੇ ਦੀ ਤਰ੍ਹਾਂ ਦੌੜਦੀ ਹੈ ਜਲਦੀ ਜਲਦੀ ਕਿਉਂਕਿ ਘੋੜਾ ਤੇਜ਼ ਦੌੜਦਾ ਘੋੜਾ ਜਿਹੜਾ ਕਿ ਬਹੁਤ ਜ਼ਿਆਦਾ ਫਾਸਟ ਕਿਤੇ ਵੀ ਉਹਨੇ ਪਹੁੰਚਣਾ ਹੁੰਦਾ ਤਾਂ ਜਲਦੀ ਪਹੁੰਚਦਾ ਸੇਮ ਉਸੇ ਤਰ੍ਹਾਂ ਨਿੱਕੀ ਕਹਾਣੀ ਆ ਉਹ ਆਪਣੇ ਐਂਡ ਤੱਕ ਬਹੁਤ ਜਲਦੀ ਪਹੁੰਚਦੀ ਆ ਓਕੇ ਤਾਂ ਕਰਕੇ ਉਹਨੂੰ ਕੰਪੇਅਰ ਕੀਤਾ ਗਿਆ ਘੋੜ ਦੌੜ ਦੀ ਤਰ੍ਹਾਂ ਤੇ ਜਿਸ ਤਰ੍ਹਾਂ ਘੋੜ ਦੌੜ ਦਾ ਆਦਤ ਤੇ ਅੰਤ ਬਹੁਤ ਮਹੱਤਵ ਰੱਖਦਾ ਉਵੇਂ ਹੀ ਕਹਾਣੀ ਦਾ ਰੱਖਦਾ ਵੀ ਜਿਵੇਂ ਇੱਕ ਘੋੜੇ ਦਾ ਸਟਾਰਟਿੰਗ ਪੁਆਇੰਟ ਤੇ ਐਂਡਿੰਗ ਪੁਆਇੰਟ ਜਦੋਂ ਘੋੜ ਦੌੜ ਹੋ ਰਹੀ ਹੁੰਦੀ ਆ ਰੇਸ ਹੋ ਰਹੀ ਹੁੰਦੀ ਆ ਉਹਦਾ ਬਹੁਤ ਜ਼ਿਆਦਾ ਮਾਇਨੇ ਕਰਦਾ ਹੁੰਦਾ ਬਹੁਤ ਜ਼ਿਆਦਾ ਮਹੱਤਵ ਰੱਖਦਾ ਐਮੀ ਨਿੱਕੀ ਕਹਾਣੀ ਹੈ ਜਿਹੜਾ ਉਹਦੇ ਸਟਾਰਟਿੰਗ ਪੁਆਇੰਟ ਤੇ ਉਹਦਾ ਐਂਡ ਵਾਲਾ ਪੁਆਇੰਟ ਬਹੁਤ ਜ਼ਿਆਦਾ ਮਹੱਤਵ ਰੱਖਦਾ ਐਂਡਿੰਗ ਠੀਕ ਹੈ ਤੇ ਐਡਗਰ ਐਲਨ ਪੋ ਇਹਨੇ ਕੀ ਕਿਹਾ ਕਿ ਕਹਾਣੀ ਇੱਕ ਅਜਹੀ ਨਿੱਕੀ ਰਚਨਾ ਜਿਸ ਨੂੰ ਇੱਕੋ ਬੈਠਕ ਵਿੱਚ ਪੜਿਆ ਜਾ ਸਕੇ ਤੇ ਪਾਠਕ ਉਤੇ ਆਪਣਾ ਤਿੱਖਾ ਪ੍ਰਭਾਵ ਪਾ ਸਕੇ ਮਤਲਬ ਕਿ ਨਿੱਕੀ ਕਹਾਣੀ ਉਹ ਕਹਾਣੀ ਆ ਜਿਹਨੂੰ ਇੱਕੋ ਬੈਠਕ ਦੇ ਵਿੱਚ ਬੈਠ ਕੇ ਪੜਿਆ ਜਾ ਸਕੇ ਤੇ ਪਾਠਕਾਂ ਉਤੇ ਤਿੱਖਾ ਪ੍ਰਭਾਵ ਪਾ ਸਕੇ ਮਤਲਬ ਕਿ ਇੱਕੋ ਸਿਟਿੰਗ ਦੇ ਵਿੱਚ ਬੈਠ ਕੇ ਹੁਣ ਜਿਹੜੀ ਲੰਬੀ ਕਹਾਣੀ ਹੁੰਦੀ ਆ ਅੱਪਾ ਵੱਤ ਤੋਂ ਵੱਤ ਲਗਾਤਾਰ ਉਹਨੂੰ 3 ਘੰਟੇ ਪੜ ਲਾਂਗੇ 4 ਘੰਟੇ ਉਸ ਤੋਂ ਬਾਅਦ ਆਪਾਂ ਨਹੀਂ ਪੜ ਸਕਦੇ ਆਪਣਾ ਮਾਣਾ ਜਿਹੜੇ ਕਿ ਬੋਰ ਹੋਣ ਲੱਗ ਜਾਂਦਾ ਬਟ ਨਿੱਕੀ ਕਹਾਣੀ ਇਹ ਉਹ ਐਵੇਂ ਦੀ ਵੀ ਇੱਕੋ ਸਿਟਿੰਗ ਦੇ ਵਿੱਚ ਉਹਨੂੰ ਆਪਾਂ ਪੜ ਕੇ ਨਿਬੇੜ ਸਕਦੇ ਆ ਅ ਅਗਰ ਉਹ 2 ਘੰਟੇ ਲੱਗਦੇ ਹੋਣਗੇ ਆਪਾਂ 2 ਘੰਟੇ ਦੇ ਵਿੱਚ ਉਹਨੂੰ ਐਂਡ ਕਰ ਸਕਦੇ ਆ ਠੀਕ ਹੈ ਮਤਲਬ ਕਿ ਇੱਕੋ ਹੀ ਸਿਟਿੰਗ ਦੇ ਵਿੱਚ ਬੈਠ ਕੇ ਉਹਨੂੰ ਆਪਾਂ ਰੀਡ ਕਰ ਸਕਦੇ ਆ ਨਿੱਕੀ ਕਹਾਣੀ ਨੂੰ ਤੇ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਣਾ ਇਹ ਨਿੱਕੀ ਕਹਾਣੀ ਜੀਵਨ ਦੇ ਕਿਸੇ ਇੱਕ ਪੱਖ ਦਾ ਜਿਹੜਾ ਭਾਵੁਕ ਮੀਨਸ ਫੀਲਿੰਗ ਨਾਲ ਰਿਲੇਟਡ ਆ ਜਿਹੜਾ ਕਿ ਵਰਣਨ ਹੁੰਦਾ ਜਿਹੜੇ ਕਿ ਉਹਦੇ ਵੇਗ ਦੇ ਨਾਲ ਅਸੀਂ ਉਸ ਪੱਖ ਦੀ ਪੂਰੀ ਡੰਗਾਈ ਨੂੰ ਸਮਝ ਸਕਦੇ ਹਾਂ ਮਤਲਬ ਕਿ ਨਿੱਕੀ ਕਹਾਣੀ ਦੇ ਵਿੱਚ ਪੂਰੀ ਕਹਾਣੀ ਦਾ ਵੇਰਵਾ ਨਹੀਂ ਹੁੰਦਾ ਉਸ ਦੇ ਵਿੱਚ ਕੁਝ ਇੱਕ ਜਿਹੜੇ ਕਿ ਉਹਦੇ ਜੀਵਨ ਦਾ ਇੱਕ ਪੱਖ ਪੇਸ਼ ਕੀਤਾ ਜਾਂਦਾ ਉਸ ਪੱਖ ਦੇ ਰਾਹੀਂ ਆਪਾਂ ਉਹਦੇ ਸਾਰੇ ਜਿਹੜੇ ਕਿ ਉਹਦੇ ਜਜਮੈਂਟ ਲਗਾ ਸਕਦੇ ਹੁੰਦੇ ਆ ਕਿ ਇਸ ਇਹ ਜਿਹੜੇ ਕਿ ਕੈਰੈਕਟਰ ਦਾ ਜੋ ਨਿੱਕੀ ਕਹਾਣੀ ਦਰਸਾਈ ਗਈ ਹੈ ਇਸ ਦੇ ਵਿੱਚ ਹੈ ਕੀ ਚੀਜ਼ ਓਕੇ ਉਸ ਤੋਂ ਬਾਅਦ ਨਿੱਕੀ ਕਹਾਣੀ ਦਾ ਗੁਣ ਕੀ ਕੀ ਨੇ ਜਵ ਵਿਸ਼ੇਸ਼ਤਾਵਾਂ ਕੁਐਸਚਨ ਜਿਵੇਂ ਮਰਜ਼ੀ ਆ ਜਾਏ ਕਿ ਨਿੱਕੀ ਕਹਾਣੀ ਦਾ ਗੁਣ ਕੀ ਨੇ ਜਵ ਵਿਸ਼ੇਸ਼ਤਾਵਾਂ ਕੀ ਨੇ ਤਾਂ ਇਹ ਆਨਸਰ ਆਊਗਾ ਓਕੇ ਤੇ ਨਿੱਕੀ ਕਹਾਣੀ ਦਾ ਸਰੂਪ ਕੀ ਆ ਤਾਂ ਵੀ ਇਹੀ ਆਨਸਰ ਆਊਗਾ ਤੇ ਪ੍ਰਕਿਰਤੀ ਹੁਣ ਨਿੱਕੀ ਕਹਾਣੀ ਨਿੱਕਾਕਾਰ ਹੁੰਦਾ ਨਿੱਕੀ ਕਹਾਣੀ ਜਿਹੜੇ ਕਿ ਉਹਦਾ ਆਕਾਰ ਛੋਟਾ ਹੁੰਦਾ ਨਿੱਕਾ ਹੁੰਦਾ ਇਹਦੇ ਵਿੱਚ ਜੀਵਨ ਦੀ ਸਮੁੱਚਤਾ ਸਮੁੱਚਤਾ ਮਤਲਬ ਕਿ ਸਾਰਾ ਜੀਵਨ ਸਾਰਾ ਜੀਵਨ ਨਹੀਂ ਪੇਸ਼ ਕੀਤਾ ਜਾਂਦਾ ਜਿਵੇਂ ਮੈਂ ਤੁਹਾਨੂੰ ਵੱਡੀ ਕਹਾਣੀ ਚ ਵੀ ਸਮਝਾਇਆ ਸੀ ਕਿ ਆਪਣੇ ਜੀਵਨ ਦੇ ਜਿਵੇਂ ਵੜਾ ਹੁੰਦੇ ਨੇ ਆਪਣਾ ਬਚਪਨ ਹੋ ਗਿਆ ਹਨਾ ਜਵਾਨੀ ਹੋ ਗਈ ਫਿਰ ਬੜਾਪਾ ਹੋ ਗਿਆ ਇਹ ਸਾਰਾ ਜੀਵਨ ਨਹੀਂ ਪੇਸ਼ ਕੀਤਾ ਜਾਂਦਾ ਇਹਦੇ ਵਿੱਚ ਕਿਸੇ ਇੱਕ ਪੱਖ ਨੂੰ ਪੇਸ਼ ਕੀਤਾ ਜਾਂਦਾ ਜਿਵੇਂ ਬਚਪਨ ਦੀ ਕੋਈ ਇੱਕ ਯਾਦ ਨੂੰ ਪੇਸ਼ ਕੀਤਾ ਜਾਂਦਾ ਠੀਕ ਹੈ ਉਹ ਪੇਸ਼ ਕੀਤਾ ਜਾਂਦਾ ਨਾ ਕਿ ਸਾਰਾ ਸਮੁੱਚਾ ਜੀਵਨ ਪੇਸ਼ ਕਰਨ ਦਾ ਇਹਦੇ ਵਿੱਚ ਜਿਆਦਾ ਨਹੀਂ ਹੁੰਦਾ ਸਗੋ ਜੀਵਨ ਦੇ ਕੇਵਲ ਵਿਸ਼ੇਸ਼ ਪੱਖ ਹੀ ਪੇਸ਼ ਕੀਤੇ ਜਾਂਦੇ ਨੇ ਜਿਵੇਂ ਬਚਪਨ ਦੇ ਸਪੈਸ਼ਲ ਸਪੈਸ਼ਲ ਮੂਵਮੈਂਟਸ ਉਹ ਜਿਹੜੇ ਕਿ ਆਪਾਂ ਸਹੀ ਤੇ ਉਹਨਾਂ ਰਾਹੀਂ ਹੀ ਇੱਕ ਜਿਹੜਾ ਇੱਕ ਪ੍ਰਭਾਵ ਪਾਇਆ ਜਾਂਦਾ ਜਿਵੇਂ ਕਿ ਉਦਾਹਰਨ ਦਿੱਤੀ ਹੋਈ ਹੈ ਇਹਨਾਂ ਨੇ ਬੱਚੇ ਦੀ ਸ਼ਰਾਰਤ ਬੱਚੇ ਦੀ ਸ਼ਰਾਰਤ ਉਹਦੇ ਬਚਪਨ ਤੋਂ ਲਿਆ ਗਿਆ ਬੱਚੇ ਦੀ ਸ਼ਰਾਰਤ ਜਿਹੜੀ ਕਿ ਕਹਾਣੀਆਂ ਪ੍ਰੇਮ ਪ੍ਰਕਾਸ਼ ਦੀ ਕਹਾਣੀ ਹੈ ਜਿਸ ਦੇ ਵਿੱਚ ਉਹਨੇ ਬੱਚੇ ਦੀ ਸ਼ਰਾਰਤ ਦੇ ਵਿੱਚ ਇਹ ਵਿਸ਼ਾ ਲਿਆ ਕਿ ਉਹਦੇ ਬੱਚੇ ਦੀ ਇੱਕ ਬਚਪਨ ਦੀ ਖੂਬਸੂਰਤੀ ਜਿਹੜੇ ਕਿ ਇਸ ਗੱਲ ਦੇ ਵਿੱਚ ਦਰਸਾਇਆ ਕਿ ਉਹ ਵਿਦਿਆਰਥੀ ਆਪਣੇ ਮੈਡਮ ਨੂੰ ਹੀ ਜਿਹੜੇ ਕਿ ਪ੍ਰੇਮ ਪੱਤਰ ਪਾਉਣ ਦੀ ਸ਼ਰਾਰਤ ਹੈ ਠੀਕ ਹੈ ਇਸ ਘਟਨਾ ਨੂੰ ਪੇਸ਼ ਕੀਤਾ ਗਿਆ ਜਿਹੜੇ ਸਾਡੇ ਸਮਾਜਿਕ ਕੀਮਤ ਪ੍ਰਬੰਧ ਦੇ ਪ੍ਰਸੰਗ ਦੇ ਵਿੱਚ ਉਹਨੂੰ ਦਰਸਾਇਆ ਗਿਆ ਮਤਲਬ ਕਿ ਕਿਸ ਤਰੀਕੇ ਨਾਲ ਇੱਕ ਬੱਚਾ ਆਪਣੇ ਹੀ ਮੈਮ ਨੂੰ ਜਿਹੜੇ ਕਿ ਉਹ ਪ੍ਰੇਮ ਪੱਤਰ ਲਿਖਦਾ ਉਹ ਇਸ ਬੱਚੇ ਦੀ ਸ਼ਰਾਰਤ ਦੇ ਵਿੱਚ ਥੀਮ ਰੱਖ ਕੇ ਉਹਨੂੰ ਪੇਸ਼ ਕੀਤਾ ਗਿਆ ਮਤਲਬ ਕਿ ਇਹ ਇੱਕ ਬਚਪਨ ਦੇ ਉਹਦੇ ਇੱਕ ਬਚਪਨ ਦਾ ਮੂਵਮੈਂਟ ਹੋ ਗਿਆ ਸਾਰਾ ਬਚਪਨ ਨਹੀਂ ਦਰਸਾਇਆ ਉਹਨਾਂ ਨੇ ਇੱਕ ਮੂਵਮੈਂਟ ਦਰਸਾਇਆ ਇਹਦੇ ਵਿੱਚ ਅਗਲਾ ਹੈਡਿੰਗ ਆਊਗਾ ਪ੍ਰਭਾਵ ਦੀ ਇਕਾਗਰਤਾ ਹੁਣ ਕਹਾਣੀ ਦੇ ਵਿੱਚ ਜਿਹੜੇ ਕਿ ਪ੍ਰਭਾਵ ਉਹ ਉਹਦੇ ਵਿੱਚ ਇਕਤਾ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਜਿਵੇਂ ਕੁਝ ਆਪਾਂ ਮੂਵਮੈਂਟ ਪੇਸ਼ ਕਰ ਰਹੇ ਹਾਂ ਬਚਪਨ ਦੀ ਹੁਣ ਜਿਵੇਂ ਉਹ ਬੱਚੇ ਦੀ ਕਹਾਣੀ ਦੀ ਉਹ ਸ਼ਰਾਰਤਾਂ ਉਹਦੇ ਸਕੂਲ ਵਾਲੇ ਚੀਜ਼ ਨੂੰ ਪੇਸ਼ ਕੀਤਾ ਜਾ ਰਿਹਾ ਇਹ ਨਹੀਂ ਹੈ ਕਿ ਉਸ ਤੋਂ ਬਾਅਦ ਕੁਝ ਹੋਰ ਉਹਦੇ ਵਿੱਚ ਨਾਲ ਸਟੋਰੀ ਐਡ ਕਰਦੇ ਕੁਝ ਹੋਰ ਐਵੇਂ ਕੁਝ ਨਹੀਂ ਹੈ ਮਤਲਬ ਕਿ ਇਹਦੇ ਵਿੱਚ ਇੱਕ ਇਕਾਗਰਤਾ ਨੂੰ ਲੈ ਕੇ ਕ ਪ੍ਰਭਾਵ ਬਣਾਇਆ ਜਾਂਦਾ ਜਿਹਦੇ ਵਿੱਚ ਜੀਵਨ ਦੇ ਇੱਕ ਅਜਾਹੇ ਛਿੰਨ ਦਾ ਮਤਲਬ ਕਿ ਜਹੇ ਪੱਖਾ ਦਾ ਬਿਆਨ ਕਰਨਾ ਹੁੰਦਾ ਹੈ ਜਿਹੜੇ ਕਿ ਪਾਠਕਾਂ ਦੇ ਮਨਾਂ ਉੱਤੇ ਪੂਰਾ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੋਵੇ ਮਤਲਬ ਕਿ ਕੁਝ ਅਮਨ ਦਾ ਉਹਦੇ ਵਿੱਚ ਪੇਸ਼ ਕੀਤਾ ਜਾਂਦਾ ਜਿਹਦੇ ਨਾਲ ਜਿਹੜੇ ਕਿ ਜੋ ਸਿਚੁਏਸ਼ਨ ਪੇਸ਼ ਕੀਤੀ ਜਾ ਰਹੀ ਆ ਉਹਨੂੰ ਪੜ ਕੇ ਪਾਠਕ ਦਾ ਮਨਾਂ ਜਿਹੜਾ ਕਿ ਉਹ ਉਹਨੂੰ ਉਹਦੇ ਉੱਤੇ ਅਸਰ ਪਾਵੇ ਠੀਕ ਹੈ ਇਹ ਕਹਾਣੀ ਤੇ ਕਈ ਵਾਰ ਕਹਾਣੀਕਾਰ ਆ ਜਿਹੜੀ ਕਿ ਅਜਿਹੀ ਘਟਨਾਵਾਂ ਨੂੰ ਬਿਆਨਨ ਦੀ ਗਲਤੀ ਵੀ ਕਰ ਲੈਂਦਾ ਜਿਹੜੇ ਸਾਡੇ ਜੀਵਨ ਦੇ ਵਿੱਚ ਖਾਸ ਮਹਾਨਤਾ ਨਹੀਂ ਰੱਖਦੇ ਜਿਸ ਕਰਕੇ ਕਹਾਣੀਆਂ ਜਿਹੜੀ ਕਿ ਵਧੀਆ ਨਹੀਂ ਹੁੰਦੀ ਉਹ ਪ੍ਰਭਾਵਹੀਨ ਹੋ ਜਾਂਦੀ ਹੈ ਮਤਲਬ ਕੀ ਕਹਾਣੀ ਜਿਹੜੀ ਕਿ ਆਪਾਂ ਨੇ ਲਿਖਣੀ ਹੈ ਤਾਂ ਕਹਾਣੀ ਦਾ ਥੀਮ ਉਹ ਚੁਣਨਾ ਚਾਹੀਦਾ ਜਿਹੜਾ ਕਿ ਉਹਨੂੰ ਪੜ ਕੇ ਉਨੂੰ ਪੜ ਕੇ ਪਾਠਕਾਂ ਉੱਤੇ ਜਿਆਦਾ ਉਹਦਾ ਅਸਰ ਪਵੇ ਨਾ ਕਿ ਕੋਈ ਅਹਜਾਂ ਜਿਸ ਨੂੰ ਪੜਨ ਲਈ ਹੀ ਮਨ ਨਾ ਕਰੇ ਜਾਂ ਜੋ ਪੜ ਕੇ ਜਿਹੜੇ ਕਿ ਪਾਠਕ ਨੂੰ ਕੁਛ ਉਹਦੇ ਵਿੱਚੋਂ ਸੰਤੁਸ਼ਟੀ ਨਾ ਹੋਵੇ ਉਹ ਚੀਜ਼ ਨਹੀਂ ਪੇਸ਼ ਕਰਨੀ ਚਾਹੀਦੀ ਅਗਰ ਉਹ ਚੀਜ਼ ਪੇਸ਼ ਹੋ ਜਾਂਦੀ ਹੈ ਕਹਾਣੀ ਦੇ ਵਿੱਚ ਤਾਂ ਉਹ ਕਹਾਣੀ ਵਧੀਆ ਨਹੀਂ ਹੁੰਦੀ ਇਹ ਪੁਆਇੰਟ ਹੋ ਗਿਆ ਅੱਗੇ ਹੈ ਕਲਾਤਮਕਤਾ ਕਲਾਤਮਕਤਾ ਵੀ ਹੋਣੀ ਜ਼ਰੂਰੀ ਹੈ ਕਹਾਣੀ ਦੇ ਵਿੱਚ ਜਿਹੜੇ ਕਿ ਕਹਾਣੀ ਦੇ ਸਰੂਪ ਦੀਆਂ ਸੀਮਾਵਾਂ ਮਤਲਬ ਕਿ ਲਿਮਿਟਸ ਨੇ ਜਿਹੜੇ ਉਹਦੇ ਅੰਦਰ ਹੀ ਰੱਖਣਾ ਚਾਹੀਦਾ ਉਹ ਮਤਲਬ ਕਿ ਕਹਾਣੀ ਦੇ ਵਿੱਚ ਸਿੱਧੀ ਬਿਆਨਵਾਜੀ ਹੋਊਗੀ ਤਾਂ ਉਹ ਸਿਰਫ ਇੱਕ ਦਸਤਾਵੇਜ਼ ਬਣ ਕੇ ਰਹਿ ਜਾਊਗੀ ਅ ਮੀਨਸ ਇਹਦੇ ਵਿੱਚ ਇਸ ਪੁਆਇੰਟ ਦੇ ਵਿੱਚ ਇਹ ਹੈ ਵੀ ਉਹਨੂੰ ਕਲਾ ਦੇ ਰਾਹੀਂ ਦਰਸਾਉਣ ਦਾ ਜਿਵੇਂ ਕੋਈ ਕਹਾਣੀ ਆਪਾਂ ਪੇਸ਼ ਕਰ ਰਹੇ ਹਾਂ ਜਿਵੇਂ ਕੋਈ ਵੀ ਕਹਾਣੀ ਆ ਉਸ ਦੇ ਵਿੱਚ ਵਾਰਤਾਲਾਪ ਨੇ ਜਿਹੜੇ ਉਹ ਉਸ ਦੇ ਕਰੈਕਟਰ ਦੇ ਮੂੰਹ ਤੋਂ ਹੀ ਕਹਾਏ ਜਾਣ ਠੀਕ ਹੈ ਉਸ ਦੇ ਕਰੈਕਟਰ ਦੇ ਮੂੰਹ ਤੋਂ ਹੀ ਕਹਾਉਂਦੇ ਹੋਏ ਉਹ ਕਹਾਣੀ ਦੇ ਵਿੱਚ ਲਿਖਾ ਜਾਵੇ ਤਾਂ ਉਹ ਆਪਾਂ ਰੋਚਕਤਾ ਨਾਲ ਪੜਦੇ ਹਾਂ ਨਾ ਜਿਵੇਂ ਆਪਾਂ ਕਲਾਸਾਂ ਦੇ ਵਿੱਚ ਕੋਈ ਚੈਪਟਰ ਰੀਡ ਕਰਦੇ ਆਂ ਅਗਰ ਉਹ ਪਾਤਰ ਦੇ ਮੂੰਹ ਦੇ ਰਾਹੀਂ ਹੀ ਉਹਦੇ ਡਾਇਲੌਗ ਹੁੰਦੇ ਨੇ ਆਪਾਂ ਉਹਨੂੰ ਪੜਦੇ ਆਂ ਤਾਂ ਆਪਾਂ ਬੜੀ ਪ੍ਰੇਰਣਾ ਨਾਲ ਰੀਡ ਕਰਦੇ ਆਂ ਅਗਰ ਉਹ ਵੈਸੇ ਲਾਈਨ ਲਿਖੀ ਹੋਈ ਹੈ ਵੀ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਉਹਨੂੰ ਆਪਾਂ ਇੰਨਾ ਨਹੀਂ ਇੰਨਾ ਆਪਣੇ ਮਨ ਦੇ ਵਿੱਚ ਨਹੀਂ ਜਿਹੜੇ ਕਿ ਉਹਦੇ ਪ੍ਰਤੀ ਇਕਾਗਰਤਾ ਬਣਦੀ ਠੀਕ ਹੈ ਮਤਲਬ ਕਿ ਇਹ ਚੀਜ਼ ਹੋਣੀ ਚਾਹੀਦੀ ਆ ਕਹਾਣੀ ਦੇਆਂ ਲਿਮਿਟਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਨਿੱਕੀ ਕਹਾਣੀ ਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਦੇ ਵਿੱਚ ਕਲਾਤਮਕਤਾ ਹੈ ਜੀ ਪੇਸ਼ ਹੋਣੀ ਚਾਹੀਦੀ ਆ ਕਿ ਪਾਠਕ ਨੂੰ ਪੜਨ ਵਾਲੇ ਨੂੰ ਰੋਚਕਤਾ ਆਵੇ ਠੀਕ ਆ ਰੋਚਕਤਾ ਮਿਲੇ ਅਗਲਾ ਹੀ ਹੈਡਿੰਗ ਆ ਗਿਆ ਰੋਚਕਤਾ ਕਹਾਣੀ ਦੇ ਵਿੱਚ ਰੋਚਕਤਾ ਮਤਲਬ ਕਿ ਦਿਲਚਸਪੀ ਹੋਣੀ ਚਾਹੀਦੀ ਹੈ ਜੋ ਆਪਾਂ ਪੜ ਰਹੇ ਹਾਂ ਕਹਾਣੀ ਐਵੇਂ ਦੀ ਲਿਖੀ ਹੋਣੀ ਚਾਹੀਦੀ ਆ ਰੋਚਕਤਾ ਤੋਂ ਬਿਨਾ ਜਿਹੜੀ ਕਿ ਕਹਾਣੀ ਉਹ ਇੱਕ ਸਾਹਿਤ ਰਚਨਾ ਇੱਕ ਫਿੱਕੀ ਜਿਹੀ ਲੱਗਦੀ ਹੈ ਮਤਲਬ ਕਿ ਆਪਾਂ ਕਹਿ ਸਕਦੇ ਵੀ ਉਹਦੇ ਵਿੱਚ ਕੋ ਮਿਠਾਸ ਨਹੀਂ ਹੁੰਦੀ ਜਦੋਂ ਤੱਕ ਉਹਦੇ ਵਿੱਚ ਕੋ ਰੋਚਕਤਾ ਨਾ ਹੋਵੇ ਹੁਣ ਰੋਚਕਤਾ ਕਿਵੇਂ ਪੈਦਾ ਹੋਊਗੀ ਰੋਚਕਤਾ ਜਦੋਂ ਹੀ ਪੈਦਾ ਹੋਊਗੀ ਜਦੋਂ ਉਹਦੇ ਵਿੱਚ ਜਿਹੜਾ ਕਿ ਕਲਾਤਮਕ ਵਧੀਆ ਢੰਗ ਦੇ ਨਾਲ ਉਹਨੂੰ ਉਹਦੇ ਵਾਤਾਵਰਣ ਵਧੀਆ ਸਜੀਵ ਢੰਗ ਨਾਲ ਪੇਸ਼ ਕੀਤਾ ਹੋਊਗਾ ਉਹਦੇ ਵਾਰਤਾਲਾਪ ਵਧੀਆ ਹੋਣਗੇ ਠੀਕ ਹੈ ਉਹਦੇ ਨਾਲ ਉਹਦੇ ਵਿੱਚ ਰੋਚਕਤਾ ਆਊਗੀ ਅਗਰ ਉਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਉਹ ਕਹਾਣੀ ਜਿਹੜੀ ਕਿ ਫਿੱਕੀ ਜਿਹੀ ਲੱਗਦੀ ਰਹੂਗੀ ਤੇ ਕਹਾਣੀ ਵਿੱਚ ਰੋਚਕਤਾ ਦੀ ਜ਼ਰੂਰ ਹੋਰ ਵੀ ਜ਼ਰੂਰਤ ਹੈ ਕਿਉਂਕਿ ਇਹ ਸਿਰਫ ਜ਼ਿੰਦਗੀ ਦੇ ਇੱਕ ਛਿਨਾਂ ਨੂੰ ਹੀ ਪਕੜਨ ਦੀ ਕੋਸ਼ਿਸ਼ ਕਰਦੀ ਹੈ ਮਤਲਬ ਕਿ ਕਹਾਣੀ ਕੀ ਕਹਾਣੀ ਹੈ ਜਿਹੜੀ ਉਦੇ ਵਿੱਚ ਸਾਰਾ ਜੀਵਨ ਨਹੀਂ ਦਰਸਾਇਆ ਜਾਂਦਾ ਕੁਝ ਇੱਕ ਜੀਵਨ ਦਾ ਇੱਕ ਪਲ ਹੀ ਦਿਖਾਇਆ ਜਾਂਦਾ ਜਿਸ ਕਰਕੇ ਉਹਦੇ ਵਿੱਚ ਰੋਚਕਤਾ ਹੋਣੀ ਜ਼ਿਆਦਾ ਜ਼ਰੂਰੀ ਆ ਤੇ ਅ ਜਿਹੜੇ ਕਿ ਕਹਾਣੀਕਾਰ ਕੋਲ ਚੋਣ ਹੁੰਦੀ ਹੈ ਜਦੋਂ ਉਹ ਜੀਵਨ ਦੇ ਵੱਧ ਤੋਂ ਵੱਧ ਰੋਚਿਕ ਖਿਣਾ ਨੂੰ ਫੜਦਾ ਹੈ ਤਾਂ ਉਹ ਕਹਾਣੀ ਹੋਰ ਜ਼ਿਆਦਾ ਵਧੀਆ ਹੁੰਦੀ ਹੈ ਅਗਰ ਉਹ ਜੋ ਰੋਚਿਕਤਾ ਨੂੰ ਨਹੀਂ ਪਕੜਦਾ ਤਾਂ ਉਹਦੀ ਕਹਾਣੀ ਵਧੀਆ ਜਿਹੜੀ ਕਿ ਸਾਬਤ ਨਹੀਂ ਹੁੰਦੀ ਇਹ ਸਾਰੇ ਇਹਦੇ ਪੰਜ ਤੱਤ ਨੇ ਅਗਲਾ ਵੀ ਹੈ ਨੈਕਸਟ 5ਵਾਂ ਜਿਹੜੇ ਕਿ ਗਤੀਸ਼ੀਲਤਾ ਕਹਾਣੀ ਦੇ ਵਿੱਚ ਗਤੀਸ਼ੀਲਤਾ ਹੋਣੀ ਚਾਹੀਦੀ ਹੈ ਕਹਾਣੀ ਦੀ ਜਿਹੜੇ ਚਾਲ ਆ ਉਹ ਨਾਵਲ ਦੀ ਤਰ੍ਹਾਂ ਸੁਸਤ ਨਹੀਂ ਹੋਣੀ ਚਾਹੀਦੀ ਕਿ ਹੌਲੀ-ਹੌਲੀ ਮਤਲਬ ਕਿ ਕਹਾਣੀ ਇੱਕੋ ਮੂਮੈਂਟ ਤੋਂ ਅੱਗੇ-ਅੱਗੇ ਬਹੁਤ ਤੇਜ਼ੀ ਦੇ ਨਾਲ ਕ੍ਰੋਸ ਕਰਨੀ ਚਾਹੀਦੀ ਹੈ ਉਹਦੇ ਤੇਜ਼ ਤਾਂ ਹੋਣੀ ਚਾਹੀਦੀ ਆ ਤਾਂ ਕਿ ਕਹਾਣੀ ਦੇ ਵਿੱਚ ਇੱਕ ਘਟਨਾ ਨੂੰ ਜ਼ਿਆਦਾ ਨਾ ਲਮਕਾਇਆ ਜਾਵੇ ਬਲਕਿ ਉਸ ਘਟਨਾ ਨੂੰ ਜਿਹੜੇ ਕਿ ਪੇਸ਼ ਕਰਨ ਦੇ ਲਈ ਵਧੀਆ ਤੋਂ ਵਧੀਆ ਢੰਗ ਦੇ ਨਾਲ ਜਿਹੜੇ ਕਿ ਉਹਨੂੰ ਬਣਾਇਆ ਜਾਵੇ ਮੀਨਸ ਕੀ ਜਿਹੜੀ ਕਿ ਉਹਦੇ ਵਿੱਚ ਘਟਨਾ ਪੇਸ਼ ਕਰੀ ਜਾ ਰਹੀ ਆ ਉਹਨੂੰ ਜ਼ਿਆਦਾ ਨਾ ਲਮਕਾਇਆ ਜਾਵੇ ਉਹਦਾ ਜਲਦੀ ਤੋਂ ਜਲਦੀ ਕਨਕਲੂਜਨ ਕੱਢ ਕੇ ਉਹਨੂੰ ਉਹਦਾ ਐਂਡ ਕੀਤਾ ਜਾਵੇ ਜੇ ਨਹੀਂ ਜ਼ਿਆਦਾ ਕਹਾਣੀ ਨੂੰ ਜਿਹੜੇ ਕਿ ਦੇ ਘਟਨਾਵਾਂ ਨੂੰ ਲਮਕਾਇਆ ਜਾਊਗਾ ਉਨੀ ਜ਼ਿਆਦਾ ਕਹਾਣੀਆਂ ਜਿਹੜੀ ਕਿ ਉਹਦੇ ਵਿੱਚ ਬੇਰਸੀ ਹੋ ਜੂਗੀ ਮਤਲਬ ਕਿ ਬੇਰਸੀ ਕੀ ਉਹਦੇ ਵਿੱਚ ਦਿਲਚਸਪੀ ਨਹੀਂ ਰਹੂਗੀ ਤੇ ਨਿੱਕੀ ਕਹਾਣੀ ਨੂੰ ਹੁਣ ਆਪਾਂ ਛੋਟੇ ਸ਼ਬਦਾਂ ਵਿੱਚ ਕੀ ਕਹਿ ਸਕਦੇ ਆ ਕਿ ਨਿੱਕੀ ਕਹਾਣੀ ਨਾਵਲ ਤੇ ਨਾਵਲੇਟ ਤੋਂ ਛੋਟੇ ਆਕਾਰ ਦੀ ਗਲਪ ਰਚਨਾ ਹੁੰਦੀ ਹੈ ਗਲਪ ਰਚਨਾ ਮਤਲਬ ਕਿ ਜਿਸ ਦੇ ਵਿੱਚ ਆਪਾਂ ਗਲਪ ਲਿਖ ਸਕਦੇ ਆ ਗਲਪ ਮੀਨਸ ਗੱਪਾਂ ਲਿਖ ਸਕਦੇ ਆ ਇਹ ਉਹਦਾ ਮੀਨਿੰਗ ਹੁੰਦਾ ਮਤਲਬ ਕਿ ਗਲਪ ਰਚਨਾ ਹੋਈ ਆ ਜਾਊਗੀ ਇਹਦੇ ਵਿੱਚ ਨਾਵਲ ਕਹਾਣੀ ਨਾਟਕ ਵਗੈਰਾ ਆ ਜਾਂਦੇ ਨੇ ਮਤਲਬ ਕਿ ਖੁਦ ਆਪਾਂ ਆਪਣੇ ਕੋਲੋਂ ਜਿਹੜੇ ਕਿ ਮਨਕੜ ਤਵੀ ਲਿਖ ਸਕਦੇ ਆ ਉਹਦੇ ਵਿੱਚ ਮਿ ਇਤਿਹਾਸਿਕ ਤੇ ਇਸ ਦੇ ਵਿੱਚ ਕਿਸੇ ਘਟਨਾ, ਪਰਸਥਿਤੀ ਜਾਂ ਪ੍ਰਭਾਵ ਨੂੰ ਥੋੜੇ ਜਿਹੇ ਪਾਤਰਾਂ ਦੇ ਰਾਹੀਂ ਬੜੇ ਹੀ ਕਲਾਤਮਕ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਕਹਾਣੀ ਦੇ ਵਿੱਚ ਇਹ ਆ ਨਿੱਕੀ ਕਹਾਣੀ ਨੈਕਸਟ ਕੁਐਸਚਨ ਦੇ ਵਿੱਚ ਇਹਦੇ ਤੱਤ ਨੇ ਇਸ ਦੇ ਵਿੱਚ ਇਸ ਦੇ ਤੱਤ ਨੇ ਤੱਤ ਵਾਲਾ ਕੁਐਸਚਨ ਆ ਲੱਗਾ ਤੇ ਕਈ ਵਾਰ ਕੁਐਸਚਨ ਆ ਜਿਹੜੇ ਕਿ ਕੰਬਾਈਨ ਕਰਕੇ ਵੀ ਆ ਜਾਵੇ ਕਿ ਕਹਾਣੀ ਦੇ ਸਰੂਪ ਬਾਰੇ ਵੀ ਲਿਖੋ ਤੇ ਕਹਾਣੀ ਦੇ ਤੱਤ ਵੀ ਲਿਖੋ ਫਿਰ ਜਦੋਂ ਕੁਐਸਚਨ ਐਵੇਂ ਆ ਜਾਏ ਪਹਿਲਾਂ ਤੁਸੀਂ ਕਹਾਣੀ ਦੇ ਸਰੂਪ ਠੀਕ ਹੈ ਫਿਰ ਉਹਦੇ ਵਿਸ਼ੇਸ਼ਤਾਵਾਂ ਗੁਣ ਲੱਛਣ ਉਹ ਵਾਲੇ ਜਿਹੜੇ ਆਪਾਂ 5 ਪੁਆਇੰਟ ਕੀਤੇ ਨੇ ਉਹ ਫਿਰ ਉਹਦੇ ਵਿਸ਼ਾ ਆਹ ਤੱਤ ਬਾਰੇ ਲਿਖਣਾ ਓਕੇ ਇਹ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰਾਂਗੇ ਥੈਂਕਸ